ਸਤਿ ਸ਼੍ਰੀ ਅਕਾਲ ਦੋਸਤੋ ਟਰੈਕਟਰਾਂ ਤੇ ਕਿਸਾਨੀ ਦੇ ਝੰਡੇ ਇੱਕ ਵਾਰ ਫਿਰ ਲੱਗ ਗਏ ਨੇ ਜਿਸ ਬਜ਼ੁਰਗ ਨੂੰ ਮੈਂ ਤਸਵੀਰ ਦੇ ਵਿੱਚ ਦਿਖਾ ਰਿਹਾ ਇਹ ਕਾਦੀਆਂ ਤੋਂ ਬਜ਼ੁਰਗ ਚੰਡੀਗੜ੍ਹ ਧਰਨੇ ਤੇ ਪਹੁੰਚਿਆ ਬਹੁਤ ਸਾਰੇ ਬਜ਼ੁਰਗ ਨੌਜਵਾਨ ਕਿਸਾਨ ਇੱਥੇ ਪਹੁੰਚੇ ਹੋਣਗੇ ਪਰ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਤਾਂ ਖਾਸ ਹੈ ਕਿ ਇੱਕ ਹੱਥ ਦੇ ਵਿੱਚ ਖੁੰਡਾ ਫੜਿਆ ਹੋਇਆ ਤੇ ਇੱਕ ਹੱਥ ਦੇ ਵਿੱਚ ਰੋਟੀ ਫੜੀ ਹੋਈ ਹੈ ਸਾਰੀ ਦੁਨੀਆ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਇਹ ਕਿਸਾਨ ਤਸਵੀਰ ਦੇ ਵਿੱਚ ਦੇਖ ਰਹੇ ਹੋ ਲਗਭਗ 100 ਸਾਲ ਇਸ ਕਿਸਾਨ ਦੀ ਉਮਰ ਹੈ 92 ਸਾਲ ਦਾ ਇਹ ਕਿਸਾਨ ਹੈ ਤੇ ਫਿਰ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਕਾਦੀਆਂ ਤੋਂ ਇੱਥੇ ਪਹੁੰਚਿਆ ਕਹਿੰਦੇ ਅਗਰ ਘਰ ਬੈਠਿਆਂ ਨੂੰ ਸਰਕਾਰਾਂ ਸਾਡੀਆਂ ਸੁਣਨ ਤਾਂ ਅਸੀਂ ਸੜਕਾਂ ਤੇ ਕਿਉਂ ਰੁੜੀਏ ਬਾਪੂ ਦਿਲ ਨਹੀਂ ਕਰਿਆ ਘਰੇ ਬੈਠ ਜਾਵਾ ਬਜ਼ੁਰਗ ਹੈ ਸਰੀਰ ਠੀਕ ਹੈ ਖੁੰਡਾ ਖੱਤ ਚ ਥੋੜਾ ਦਿਖਾ ਦੋ ਲਓ ਬਾਈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤਾਂ ਦੇਖੋ ਕਿਸਾਨੀ ਦੀ ਬਿਲਕੁਲ ਚੜ੍ਹਦੀ ਕਲਾ ਜਦ ਬਜ਼ੁਰਗਾਂ ਦਾ ਸਿਰ ਤੇ ਹੱਥ ਹੋਵੇ ਤਾਂ ਬਿਲਕੁਲ ਫਤਿਹ ਹੋ ਸਕਦੀ ਆ ਬਟਾਲਾ ਕਾਦੀਆਂ।